अगली गल भाई साहब भाई गुरदास कहिंदे ने, कहिंदे ने कि लोगन मैं लोगाचार, लोगन मैं लोगाचार, गुरमुख एक ओंकार, शब्द सुरत उन मन उन मानिए। हुण असीं इत्थे वेखणा कि लोगन मैं लोगाचार इस समाज दे विच रहिंदे आ, सिख ने सेवा किवें दी करनी है, उस सेवा दे विचों सिख दी प्राप्ति की है, और उस सेवा दे बारे सिखी दा उपदेश की है। सिख धर्म दे एक बहुत महान जरनैल होए ने, 7 साल की उम्र उन्हां दा जन्म होया पिंड कालेके जिला शेखूपुर अज दा पाकिस्तान। ते अपनी माँ नूं वो बच्चा एक सवाल करता है, कहिंदा माँ जदों मैं पिता जी नूं वेखदा ते तू घर दे विच पुछदी है कि पिता जी कित्थों आए हो, तां हमेशा पिता जी कहिंदे है मैं सेवा करके आ रहा। ते माँ दस मैं भी सेवा करनी है किवें कीती जावे। हुण माँ धर्मी सी, माँ दा जवाब है बेटा सतगुर की सेवा गाखड़ी सिर दीजे आप गवाए जियो। गाखड़ी कहिंदे ने बहुत औखी चीज़ नूं, जिवें असीं फरीद साहब दा शब्द पढ़ते हैं फरीदा दर दरवेशी गाखड़ी, बहुत औखी। हुण वो माँ कह रही है पुत जे तेरे मन दे विच ਇਹ ਵਿਚਾਰ ਆਇਆ ਹੈ ਕਿ ਮੈਂ ਸੰਗਤ ਜਾਂ ਗੁਰੂ ਦੀ ਸੇਵਾ ਕਰਨੀ ਹੈ, ਪਰ ਇੱਕ ਗੱਲ ਮੰਨ ਕੇ ਚੱਲੀ, ਸਤਿਗੁਰ ਕੀ ਸੇਵਾ ਗਾਖੜੀ। ਗੁਰੂ ਦੀ ਸੇਵਾ ਹੈ ਬੜੀ ਔਖੀ ਹੋ, ਕਿਉਂਕਿ ਇਹਦੇ ਵਾਸਤੇ ਦੋ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ, ਸਿਰ ਦੀਜੇ ਆਪ ਗਵਾਏ ਜੀਓ, ਆਪਣਾ ਆਪਾਂ ਵੀ ਭੇਟ ਕਰਨਾ ਪੈਣਾ, ਅਤੇ ਆਪਣਾ ਜਿਹੜਾ ਮਨ ਹੈ ਉਹ ਗੁਰੂ ਨੂੰ ਵੇਚਣਾ ਪੈਣਾ। ਇਸੇ ਕਰਕੇ ਗੁਰਮਤਿ ਦੇ ਵਿੱਚ ਜਿੱਥੇ ਤੁਸੀਂ ਮਨ ਭੇਟਾ ਕਰਨ ਦੀ ਗੱਲ ਵੇਖੋਗੇ ਉੱਥੇ ਸ਼ਬਦ ਵੇਚੇ ਆਵੇਗਾ, ਅਤੇ ਵੇਚੀ ਚੀਜ਼ ਨੂੰ ਦੁਬਾਰਾ ਮੰਗਿਆ ਨਹੀਂ ਜਾ ਸਕਦਾ। ਜਦੋਂ ਵੀ ਅਸੀਂ ਪੜ੍ਹਦੇ ਹਾਂ ਕਿ ਗੁਰਬਾਣੀ ਦੇ ਵਿੱਚ ਮਨ ਗੁਰੂ ਨੂੰ ਸਮਰਪਿਤ ਕਿਵੇਂ ਕਰਨਾ ਹੈ, ਅਤੇ ਸਾਨੂੰ ਕੁਝ ਸ਼ਬਦ ਮਿਲਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਘਟੈ ਮੈਂ ਤੋਂ ਮੋਲ ਮਹਿੰਗੀ ਲਈ ਜੀਉ ਸੱਟੇ। ਮੈਂ ਤਾਂ ਆਪਣੇ ਮਨ ਨੂੰ ਵੇਚ ਕੇ ਮਾਇਆ ਵਾਸਤੇ ਕੋਈ ਨਾ ਉੱਠਿਓ, ਮੇਰੀ ਲੈਕਚਰ ਦੇ ਵਿੱਚੋਂ ਕੰਟੀਨਿਊਟੀ ਟੁੱਟ ਜਾਣੀ ਹੈ। ਆਪਾਂ ਬੈਠ ਕੇ ਸੁਣਦੇ ਹਾਂ, ਜ਼ਿਆਦਾ ਮਜ਼ਾ ਆਉਂਦਾ ਮੈਨੂੰ। ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੇ, ਪੁੱਛਿਆ ਜਾ ਰਿਹਾ ਸਵਾਲ ਕਿ ਗੁਰੂ ਦੇ ਨਾਲ ਇੰਨਾ ਪਿਆਰ ਕਿਉਂ ਆ, ਅਤੇ ਪਾਤਸ਼ਾਹ ਜਵਾਬ ਦੇ ਰਹੇ ਨੇ ਕਿ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਘਟੇ ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੇ, ਮੈਂ ਆਪਣੇ ਮਨ ਨੂੰ ਵੇਚ ਕੇ ਬੜੇ ਮਹਿੰਗੇ ਭਾਅ ਲਈ ਹੈ ਗੁਰੂ ਦੀ ਸਿੱਖੀ। ਜਿਹਨੂੰ ਅਸੀਂ ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਮਨ ਵੇਚਣਾ ਪੈਂਦਾ, ਅਤੇ ਵੇਚਣ ਤੋਂ ਭਾਵ ਹੈ ਜਿਹੜਾ ਗੁਰੂ ਨੂੰ ਦੇ ਕੇ ਦੁਬਾਰਾ ਮੰਗਿਆ ਨਾ ਜਾ ਸਕੇ। ਇੰਨਾ ਸਮਰਪਣ, ਇੰਨਾ ਜ਼ਿਆਦਾ ਆਪਣੇ ਆਪ ਨੂੰ ਡੈਡੀਕੇਟ ਕਰ ਦੇਣਾ। ਹੁਣ ਮਾਂ ਕਹਿੰਦੀ ਹੈ ਬੇਟਾ ਜੇ ਤੂੰ ਸੱਚਮੁੱਚ ਹੀ ਸੇਵਾ ਕਰਨੀ ਚਾਹੁੰਦਾ, ਤਾਂ ਇੱਕ ਗੱਲ ਦਾ ਖਿਆਲ ਕਰੀਂ, ਗੁਰੂ ਦੀ ਸੇਵਾ ਹੈ ਬੜੀ ਔਖੀ, ਉਹ ਸਿਰ ਦੇਣਾ ਪੈਣਾ ਹੀ ਅਤੇ ਮਨ ਵੇਚਣਾ ਪੈਣਾ ਹੀ। ਹੁਣ ਜਦੋਂ ਬੱਚੇ ਦੇ ਮਨ ਦੇ ਵਿੱਚ, ਇੱਕ 7 ਸਾਲ ਦੇ ਬੱਚੇ ਦੇ ਮਨ ਦੇ ਵਿੱਚ ਸਿਰ ਦੇਣ ਦੀ ਗੱਲ ਆਈ, ਤਾਂ ਉਹਨੇ ਪਹਿਲਾ ਕੰਮ ਕੀਤਾ, ਉਹਨੇ ਯੁੱਧ ਵਿੱਖਿਆ ਸਿੱਖਿਆ ਸ਼ੁਰੂ ਕੀਤੀ, ਉਹਨੇ ਯੁੱਧ ਵਿੱਦਿਆ ਲੈਣੀ ਸ਼ੁਰੂ ਕੀਤੀ, ਉਹਨੇ ਉਸ ਵੇਲੇ ਸ਼ਸਤਰ ਵਿੱਦਿਆ ਲੈਣੀ ਆਰੰਭ ਕੀਤੀ। ਅਤੇ 11 ਸਾਲ ਦੀ ਉਮਰ ਦੇ ਵਿੱਚ ਸ਼ਸਤਰ ਵਿੱਦਿਆ ਲੈਂਦਿਆਂ ਹੋਇਆਂ ਇੱਕ ਉਹਦੇ ਸਹਿਪਾਠੀ ਦੇ ਕੋਲੋਂ, ਇੱਕ ਉਹਦੇ ਨਾਲ ਖੇਡ ਰਹੇ ਬੱਚੇ ਦੇ ਕੋਲੋਂ ਉਹਦੇ ਸੱਜੇ ਮੋਢੇ 'ਤੇ ਫੱਟ ਲੱਗਾ। ਇੰਨਾ ਗਹਿਰਾ ਫੱਟ ਵੱਜਾ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਸ਼ਸਤਰ ਵਿੱਦਿਆ ਸਿਖਾਈ ਜਾਂਦੀ ਸੀ ਸਾਡੇ ਬੱਚਿਆਂ ਨੂੰ, 18ਵੀਂ ਸਦੀ ਦਾ ਜੇ ਅਸੀਂ ਪਹਿਲਾ ਸਮਾਂ ਗਿਣਦੇ ਹਾਂ, ਤਾਂ ਜਿਹਨੂੰ ਤੁਸੀਂ ਅੱਜ ਦਾ ਗੱਤਕਾ ਕਹਿੰਦੇ ਹਾਂ ਜਾਂ ਅੱਜ ਦਾ ਜਿਹੜਾ ਅਸੀਂ ਗੱਤਕਾ ਵੇਖ ਰਹੇ, ਇਹ ਨਹੀਂ ਸੀ। ਵੈਸੇ ਤਾਂ ਗੱਤਕਾ ਸ਼ਬਦ ਕੁਤਕਾ ਤੋਂ ਆਇਆ, ਔਰ ਕੁਤਕਾ ਸ਼ਬਦ ਸਾਡੇ ਪੁਰਾਤਨ ਸਰੋਤਾਂ 'ਚ ਮਿਲਦਾ ਹੈ, ਕਿਰਪਾਲ ਦਾਸ ਕੋਪਿੰਗ ਕੁਤਕਾ ਸੰਭਾਰੀ ਹੱਠੀ ਚੰਦ ਹਯਾਤ ਕੇ ਸੀਸ ਝਾਰੀ, ਬੜੇ ਵੱਡੇ ਡੰਡੇ ਨੂੰ ਕੁਤਕਾ ਕਿਹਾ ਜਾਂਦਾ ਹੈ। ਕੁਤਕੇ ਤੋਂ ਸ਼ਬਦ ਜਿਹੜਾ ਉਹ ਗੱਤਕਾ ਬਣਿਆ, ਸਭ ਤੋਂ ਪਹਿਲਾਂ ਇਹ ਡੰਡੇ ਤੋਂ ਸਿੱਖਿਆ ਜਾਂਦਾ ਹੈ। ਪਰ ਜਿਹੜਾ ਅੱਜ ਦਾ ਡੰਡਾ ਜਾਂ ਗੱਤਕਾ ਹੈ, ਇਹ ਸਾਡਾ ਮਾਰਸ਼ਲ ਆਰਟ ਨਹੀਂ ਰਹਿ ਗਿਆ, ਇਹ ਸਾਡਾ ਮੈਜੀਕਲ ਆਰਟ ਬਣ ਗਿਆ। ਅੱਜ ਤਾਂ ਅਸੀਂ ਟਿਊਬਾਂ ਭੰਨਣੀਆਂ, ਸਿਰ 'ਤੇ ਅੱਗ ਲਾਉਣੀ, ਸਿਲਾਂ ਤੋੜਨੀਆਂ, ਇੱਟਾਂ ਤੋੜਨੀਆਂ, ਇਹ ਗੱਤਕੇ ਦੇ ਹਿੱਸੇ ਬਣਾ ਲਏ ਨੇ। ਜਿਹੜੀ ਸਿੱਖਾਂ ਦੀ ਸ਼ਸਤਰ ਵਿੱਦਿਆ, ਸਾਡਾ ਇਹ ਹਿੱਸਾ ਨਹੀਂ ਸੀ। ਸਾਡੀ ਜਿਹੜੀ ਸਿੱਖਾਂ ਦੀ ਸ਼ਸਤਰ ਵਿੱਦਿਆ ਸੀ, ਉਹਦੇ 'ਚ ਸ਼ਸਤਰ ਵਿੱਦਿਆ ਸਿਖਾਉਣ ਵਾਲਾ ਉਸਤਾਦ ਸਿੱਖਣ ਵਾਲੇ ਤਾਲਿਬ ਨੂੰ, ਵਿਦਿਆਰਥੀ ਨੂੰ ਪਹਿਲਾਂ ਹੀ ਇਹ ਕਹਿ ਦਿੰਦਾ ਸੀ ਕਿ ਇਸ ਵਿੱਦਿਆ ਨੂੰ ਸਿੱਖਦਿਆਂ ਤੇਰਾ ਨੁਕਸਾਨ ਵੀ ਹੋ ਸਕਦਾ, ਤੇਰੀ ਜਾਨ ਵੀ ਜਾ ਸਕਦੀ ਹੈ, ਕਿਉਂਕਿ ਇਹ ਸਿੱਖਿਆ ਮੈਦਾਨੇ ਜੰਗ 'ਚ ਜੂਝਣ ਵਾਲਿਆਂ ਵਾਸਤੇ ਆ, ਨਾ ਕਿ ਸਟੇਜ ਦੇ ਉੱਪਰ ਡਰਾਮੇ ਵਿਖਾਉਣ ਦੇ ਵਾਸਤੇ। ਇਸ 11 ਸਾਲ ਦੇ ਬੱਚੇ ਦੇ ਉੱਪਰ ਫੱਟ ਲੱਗਾ,
ਅਤੇ ਜਿਹੜੇ ਉਸ ਵੇਲੇ ਦੇ ਫੱਟਬੰਨ ਸੀ, ਜਰਾਹ ਸੀ, ਉਸ ਵੇਲੇ ਦੇ ਸਰਜਣ ਸੀ, ਉਹਨਾਂ ਕਹਿ ਗਿਆ ਬੱਚੇ ਨੇ ਬਚਣਾ ਨਹੀਂ, ਇਸ ਬੱਚੇ ਨੇ ਬਚਣਾ ਨਹੀਂ। ਪਰ ਕੁਦਰਤ ਦਾ ਭਾਣਾ, ਮਾਂ ਬਾਪ ਨੇ ਜਿੱਥੇ ਉਸ ਬੱਚੇ ਦੇ ਫੱਟ ਬਣਾਏ ਉੱਥੇ ਇੰਨੀ ਜ਼ਿਆਦਾ ਸੰਗਤ ਦੀ ਸੇਵਾ ਕੀਤੀ, ਸਿਮਰਨ ਕੀਤਾ, ਇਹ ਬੱਚਾ ਠੀਕ ਹੋ ਗਿਆ। ਔਰ ਇਹ ਬੱਚਾ ਕੌਮ ਦੇ ਵਿੱਚ ਮਸ਼ਹੂਰ ਹੋਇਆ ਨਵਾਬ ਕਪੂਰ ਸਿੰਘ ਬਣ ਕੇ। ਹੁਣ ਇਹ ਉਹਦੀ ਜੀਵਨ ਦੀ ਸੇਵਾ ਹੈ, ਸ਼ੁਰੂ ਕਿੱਥੋਂ ਹੋਈ ਹੈ। 7 ਸਾਲ ਦਾ ਬੱਚਾ ਮਾਂ ਨੂੰ ਪੁੱਛਦਾ ਕਿ ਮਾਂ ਸੇਵਾ ਕਿਵੇਂ ਕੀਤੀ ਜਾਵੇ, ਅਤੇ ਮਾਂ ਕਹਿ ਰਹੀ ਹੈ ਪੁੱਤਰ ਗੁਰੂ ਦੀ ਸੇਵਾ ਨਿਸ਼ਕਾਮਤਾ ਦੇ ਨਾਲ ਕੀਤੀ ਜਾਵੇ। ਅਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਬੜਾ ਸੁੰਦਰ ਕਿਹਾ ਹੈ ਕਿ ਜਿਹੜੀ ਸਿੱਖੀ ਦੀ ਸੇਵਾ ਹੈ ਉਹਦਾ ਆਰੰਭ ਹੀ ਸੀਸ ਭੇਟ ਕਰਨ ਤੋਂ ਹੁੰਦਾ ਹੈ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਸੋ ਜਦੋਂ ਅਪ੍ਰੈਲ 1733 ਦੇ ਵਿੱਚ ਜ਼ਕਰੀਆ ਖਾਨ ਸਿੱਖਾਂ ਨੂੰ ਖਤਮ ਕਰਦਾ ਕਰਦਾ ਇੱਕ ਜਗ੍ਹਾ 'ਤੇ ਆ ਕੇ ਥੱਕ ਜਾਂਦਾ ਕਿ ਹੁਣ ਮੇਰੇ ਕੋਲੋਂ ਖਤਮ ਨਹੀਂ ਹੋ ਸਕਦੇ, ਸਾਰੇ ਉਪਰਾਲੇ ਹੀਲੇ ਵਸੀਲੇ ਵਰਤ ਲਏ ਜਾਂਦੇ ਨੇ। ਇੱਥੋਂ ਤੱਕ ਕਿ ਜਦੋਂ ਦੋ ਬਾਦਸ਼ਾਹਾਂ ਦੀ ਆਪਸ 'ਚ ਗੱਲਬਾਤ ਹੁੰਦੀ ਹੈ ਤਾਂ ਇੱਕ ਬਾਦਸ਼ਾਹ ਪੁੱਛਦਾ ਕਿ ਸਿੱਖ ਹੈ ਕੌਣ ਅਤੇ ਇਹ ਮੁੱਕਦੇ ਕਿਉਂ ਨਹੀਂ। ਉਹ ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਕਹਿੰਦਾ ਕਿ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅੰਮ੍ਰਿਤ ਦੀ ਐਸੀ ਦਾਤ ਦੇ ਦਿੱਤੀ ਹੈ ਕਿ ਮੈਂ ਬੜੀ ਕੋਸ਼ਿਸ਼ ਕੀਤੀ ਹੈ, ਇਹ ਖਤਮ ਨਹੀਂ ਹੁੰਦੇ। ਫਿਰ ਇੱਕ ਪਾਲਿਸੀ ਲੜਾਈ ਜਾਂਦੀ ਹੈ, ਇੱਕ ਸਕੀਮ ਘੜੀ ਜਾਂਦੀ ਹੈ ਕਿ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਉਹ ਨਵਾਬੀ ਕੋਈ ਉਹਨਾਂ ਸਮਿਆਂ 'ਚ ਛੋਟੀ ਨਹੀਂ, ਉਸ ਨਵਾਬੀ ਦੇ ਵਿੱਚ 3 ਇਲਾਕਿਆਂ ਦੀ ਪੂਰੀ ਨਵਾਬੀ ਹੈ, ਜਿਨ੍ਹਾਂ ਵਿੱਚ ਦਪਾਲਪੁਰ, ਕੰਗਨਵਾਲ ਅਤੇ ਚਪਾਲ, ਅਤੇ ਉਹਨਾਂ ਦਾ 1 ਲੱਖ ਨਜ਼ਰਾਨਾ ਕੈਸ਼ ਦੇ ਵਿੱਚ ਸਿੱਖਾਂ ਨੂੰ ਦਿੱਤਾ ਜਾ ਰਿਹਾ, ਅਤੇ 8 ਚੀਜ਼ਾਂ ਉਸ ਵੇਲੇ ਸਿੱਖਾਂ ਨੂੰ ਭੇਟ ਕੀਤੀਆਂ ਜਾ ਰਹੀਆਂ ਨੇ। ਉਹਨਾਂ 8 ਚੀਜ਼ਾਂ ਦੇ ਵਿੱਚ ਹੈ 1 ਨਵਾਬੀ ਦੀ ਕਲਗੀ, 1 ਨਵਾਬੀ ਦਾ ਜ਼ਿਗਾ, 1 ਕੈਂਠਿਆਂ ਦੀ ਜੋੜੀ, 1 ਗਲ ਦਾ ਕੈਂਠਾ, 1 ਗਲ ਦੀ ਮਾਲਾ, 1 ਰੇਸ਼ਮੀ ਦਸਤਾਰ, 1 ਰੇਸ਼ਮੀ ਚੋਲਾ ਅਤੇ 1 ਪੂਰੀ ਹੀਰਿਆਂ ਦੇ ਨਾਲ ਜੜੀ ਹੋਈ ਤਲਵਾਰ। ਇਹ 8 ਚੀਜ਼ਾਂ ਨਵਾਬੀ ਦੇ ਵਿੱਚ ਸਰਦਾਰ ਸ਼ਬੇਕ ਸਿੰਘ ਜ਼ਕਰੀਆ ਖਾਨ ਦੇ ਵੱਲੋਂ ਲੈ ਕੇ ਆਉਂਦੇ ਨੇ, ਅਤੇ ਉਸ ਵੇਲੇ ਕੌਮ ਦਾ ਜਰਨੈਲ ਹੈ ਸਰਦਾਰ ਦਰਬਾਰਾ ਸਿੰਘ। ਹੁਣ ਵੇਖੀਏ ਕਿ ਸਿੱਖੀ ਦੀ ਸੇਵਾ ਕਿਵੇਂ ਦੀ ਹੈ। ਸਿੱਖਾਂ ਨੂੰ ਕਿਹਾ ਜਾ ਰਿਹਾ ਨਵਾਬੀ ਲੈ ਲਓ, ਅਤੇ ਸਿੱਖਾਂ ਦਾ ਜਰਨੈਲ ਉਸ ਵੇਲੇ 1733 ਦੇ ਵਿੱਚ ਕਹਿ ਰਿਹਾ ਹਮਕੋ ਲੋੜ ਨਵਾਬੀ ਨਹੀਂ। ਫਿਰ ਕਿਹਾ ਜਾ ਰਿਹਾ ਨਵਾਬੀ ਕਿਹਨੂੰ ਦਿੱਤੀ ਜਾਵੇ। ਗੁਰੂ ਪਾਤਸ਼ਾਹ ਦਾ ਹੁਕਮ ਲਿਆ ਜਾ ਰਿਹਾ ਅਤੇ ਹੁਕਮ ਆ ਜਾਂਦਾ ਹੈ ਟਹਿਲ ਮਹਿਲ। ਟਹਿਲ ਦਾ ਭਾਵ ਵੀ ਸੇਵਾ ਹੈ। ਟਹਿਲ ਮਹਿਲ ਤਾਕੋ ਮਿਲੇ ਜਾ ਕੋ ਸਾਧ ਕਿਰਪਾਲ, ਕਿ ਉਹਨੂੰ ਸੇਵਾ ਦਿੱਤੀ ਜਾਵੇ ਜਿਹੜਾ ਸੰਗਤ ਦੇ ਵਿੱਚ ਸੰਗਤ ਦੀ ਸੇਵਾ ਕਰ ਰਿਹਾ। ਅਤੇ ਸੰਗਤ ਦੇ ਵਿੱਚ ਸੰਗਤ ਦੀ ਸੇਵਾ ਕਰ ਰਿਹਾ ਸੀ ਸਰਦਾਰ ਕਪੂਰ ਸਿੰਘ, ਅਤੇ ਜਿਹੜੀ ਹਾਲਾਤ ਦੇ ਵਿੱਚ ਸੇਵਾ ਕਰ ਰਿਹਾ ਉਸ ਵੇਲੇ ਉਹ ਹੈਬਤ ਖਾਨ ਦੇ ਨਾਲ ਲੜ ਕੇ ਆਇਆ, ਉਹਦੇ ਮੱਥੇ ਦੇ ਵਿੱਚ ਕਿਰਪਾਨ ਦਾ ਫੱਟ ਲੱਗਾ, ਸਾਰੇ ਮੱਥੇ 'ਚੋਂ ਖੂਨ ਵਗ ਰਿਹਾ, ਆਪਣੇ ਮੱਥੇ ਨੂੰ ਇੱਕ ਫੱਟ ਦੇ ਨਾਲ ਇੱਕ ਕੱਪੜੇ ਦੇ ਨਾਲ ਬੰਨਿਆ ਹੋਇਆ ਅਤੇ ਸੰਗਤ ਦੇ ਵਿੱਚ ਪੱਖੇ ਦੀ ਸੇਵਾ ਕਰ ਰਿਹਾ। ਸਰਦਾਰ ਕਪੂਰ ਸਿੰਘ ਨੂੰ ਬੁਲਾ ਕੇ ਕਹਿੰਦੇ ਨੇ ਕੌਮ ਦੇ ਜਥੇਦਾਰ ਕਪੂਰ ਸਿੰਘ, ਸੰਗਤ ਨੇ ਫੈਸਲਾ ਕੀਤਾ ਨਵਾਬੀ ਉਹਨੂੰ ਦਿੱਤੀ ਜਾਵੇ ਜਿਹੜਾ ਸੇਵਾ ਕਰ ਰਿਹਾ। ਅਤੇ ਕਪੂਰ ਸਿੰਘ ਦਾ ਜਵਾਬ ਪਤਾ ਕੀ ਹੈ, ਸੇਵਾ ਇੰਨੀ ਉੱਚੀ ਹੈ, ਕਪੂਰ ਸਿੰਘ ਦਾ ਜਵਾਬ ਹੈ ਪਾਤਸ਼ਾਹੀ ਛੱਡ ਕਿਮ ਲਿਵੇਂ ਨਵਾਬੀ, ਇੱਤ ਉੱਤ ਕਿਮ ਹਮ ਕਰੇ ਖਰਾਬੀ। ਇਹ ਕਿਵੇਂ ਹੋ ਸਕਦਾ ਖਾਲਸਾ ਜੀ, ਆਹ ਜਿਹੜੀ ਸੰਗਤ ਦੀ ਸੇਵਾ ਦੀ ਬਾਦਸ਼ਾਹੀ ਹੈ ਮੈਂ ਇਹਨੂੰ ਛੱਡ ਕੇ ਛੋਟੀ ਜਿਹੀ ਨਵਾਬੀ ਲੈ ਲਵਾਂ। ਹੁਣ ਇਹ ਸਿੱਖੀ 'ਚ ਸੇਵਾ ਦਾ ਪੈਰਾਮੀਟਰ ਹੈ, ਦਿੱਤੀ ਜਾ ਰਹੀ ਹੈ ਨਵਾਬੀ ਅਤੇ ਗੁਰੂ ਦਾ ਸਿੱਖ ਕਹਿ ਰਿਹਾ ਕਿ ਸੰਗਤ ਦੀ ਸੇਵਾ ਨਹੀਂ ਛੱਡਣੀ, ਨਵਾਬੀ ਨੂੰ ਮੈਂ ਕੁਛ ਨਹੀਂ ਸਮਝਦਾ, ਇਹਨੂੰ ਸੰਗਤ ਦੀ ਸੇਵਾ ਨੂੰ ਛੱਡ ਕੇ ਮੈਨੂੰ ਨਵਾਬੀ ਨਹੀਂ ਚਾਹੀਦੀ। ਅਤੇ ਫਿਰ ਕਹਿੰਦੇ ਨੇ 5 ਪਿਆਰਿਆਂ ਦਾ ਹੁਕਮ ਹੈ, 5 ਪਿਆਰੇ ਕੋਈ ਉਦੋਂ ਹੁਣ ਵਰਗੇ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਹੈ ਇਵੇਂ ਦੇ ਨਹੀਂ ਸੀ। 5 ਪਿਆਰਿਆਂ ਦਾ ਇੱਕ ਆਪਣਾ ਜੀਵਨ ਸੀ, 5 ਪਿਆਰਿਆਂ ਦੇ ਵਿੱਚ ਬਾਬਾ ਦੀਪ ਸਿੰਘ ਸ਼ਹੀਦ, ਸਰਦਾਰ ਕਰਮ ਸਿੰਘ ਸ਼ਹੀਦ, ਸਰਦਾਰ ਬੁੱਢਾ ਸਿੰਘ, ਸਰਦਾਰ ਹਰੀ ਸਿੰਘ ਅਤੇ 5ਵੇਂ ਸਰਦਾਰ ਜੱਸਾ ਸਿੰਘ ਰਾਮਗੜੀਆ, ਇਹ 5 ਪਿਆਰਿਆਂ ਦੇ ਵਿੱਚ ਬੈਠੇ ਉਦੋਂ ਕੌਮ ਦੇ ਇਹ 5 ਜਰਨੈਲ। ਉਹ ਕਹਿੰਦੇ ਨੇ ਕਿ ਇਹ 5 ਜਰਨੈਲ ਕਹਿ ਰਹੇ ਨੇ ਕਿ ਤੂੰ ਨਵਾਬੀ ਲੈ ਲਾ, ਕਹਿੰਦਾ ਹਮਕੋ ਲੋੜ ਨਵਾਬੀ ਨਹੀਂ, ਉਹਨਾਂ ਕਿਹਾ ਸਾਡਾ ਹੁਕਮ ਹੈ। ਅਤੇ ਕਹਿੰਦਾ ਫਿਰ ਮੇਰੀਆਂ 3 ਸ਼ਰਤਾਂ ਨੇ, ਜੇ ਤੁਹਾਡਾ ਹੁਕਮ ਹੈ ਫਿਰ ਮੇਰੀਆਂ 3 ਸ਼ਰਤਾਂ ਨੇ। ਪਹਿਲੀ ਗੱਲ ਤਾਂ ਨਵਾਬੀ ਇਹਨਾਂ 5 ਸਿੰਘਾਂ ਦੇ ਪੈਰਾਂ ਨੂੰ ਛੁਹਾ ਕੇ ਫਿਰ ਮੇਰੀ ਝੋਲੀ 'ਚ ਪਾਈ ਜਾਵੇ। ਦੂਸਰੀ ਗੱਲ, ਬੇਸ਼ੱਕ ਤੁਸੀਂ ਮੈਨੂੰ ਕੌਮ ਦੀ ਨਵਾਬੀ ਦੇ ਦਿਓ, ਮੈਂ ਉਸ ਨਵਾਬੀ ਦੇ ਦੌਰਾਨ ਤਖਤ ਲਾ ਕੇ ਨਹੀਂ ਬਹਿਣਾ। ਅਤੇ ਤੀਜੀ ਗੱਲ, ਜਿਹੜੀ ਮੈਂ ਸੇਵਾ ਕਰਦਾ ਹੈ ਇੱਕ ਸੰਗਤ ਦੇ ਵਿੱਚ ਪੱਖਾ ਝੱਲਣ ਦੀ ਅਤੇ ਇੱਕ ਆਪਣੇ ਖਾਲਸਾ ਦਲ ਦੇ ਘੋੜਿਆਂ ਨੂੰ ਸਾਫ਼ ਸਫਾਈ ਕਰਨ ਦੀ ਸੇਵਾ, ਮੈਂ ਇਹ 2 ਸੇਵਾ ਨਹੀਂ ਜੇ ਛੱਡਣੀਆਂ, ਕਿਉਂਕਿ ਮੈਨੂੰ ਨਵਾਬੀ ਤੋਂ ਉੱਚੀ ਸੰਗਤ ਦੀ ਸੇਵਾ ਲੱਗਦੀ ਹੈ। ਇਹ ਉਸ ਵੇਲੇ ਸਿੱਖ ਜਰਨੈਲ ਦਾ ਜੀਵਨ ਹੈ ਜਿਹੜਾ ਕਹਿ ਰਿਹਾ
कि मेरे वास्ते संगत दी, मेरे वास्ते गुरु दी, मेरे वास्ते खालसा पंथ दी सेवा सब तो उच्ची है, मैं इस सेवा नू नहीं छड़ सकता। ते भेट की जा रही है उन्हों नवाबी।